ਇਹ ਮੇਰੀ ਭੂਆ ਜੀ ਦੇ ਬੇਟੇ ਦੇ ਬੇਟੇ ਸੀ ਅਤੇ ਇਹ ਗਰਮੀ ਦੀਆਂ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਅਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਇਲਾਂਟੇ ਮਾਲ ਘੁੰਮਾ ਕੇ ਲੈ ਕੇ ਆਉਂਦੇ ਨਾਲੇ ਕੁਛ ਸ਼ੋਪਿੰਗ ਸ਼ੁਪਿੰਗ ਕਰ ਲਾਂਗੇ, ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ। ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੋਆਏ ਟ੍ਰੇਨ ਦੇ ਵਿੱਚ ਉਹ ਖੜ੍ਹੀ ਹੈ, ਤਾਂ ਟੋਆਏ ਟ੍ਰੇਨ 'ਚ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਆ, ਮੈਨੂੰ ਉਹਦੇ ਵਿੱਚ ਬਿਠਾ ਲਓ। ਜਦੋਂ ਅਸੀਂ ਥੋੜ੍ਹਾ ਪਹਿਲਾਂ ਤਾਂ ਮਨਾ ਕੀਤਾ, ਉਹ ਥੋੜ੍ਹੀ ਉਹਨੇ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ। ਉਹ ਜਦੋਂ ਝੂਟਾ ਲੈ ਰਿਹਾ ਸੀਗਾ, ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਉਸ ਟ੍ਰੇਨ 'ਚ, ਅਸੀਂ 2 ਬੱਚੇ ਬਿਠਾ ਦਿੱਤੇ ਆਪਣੇ। ਪਹਿਲਾਂ ਉਹਨਾਂ ਨੇ 2 ਰਾਊਂਡ ਲਾਏ, ਠੀਕ ਰਿਹਾ, ਕੋਈ ਦਿੱਕਤ ਨਹੀਂ ਆਈ। ਜਦੋਂ ਤੀਸਰੇ ਰਾਊਂਡ ਨੂੰ ਟ੍ਰੇਨ ਨੇ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਪਲਟ ਗਿਆ। ਉਹ ਪਲਟਣ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ 'ਤੇ ਵੱਜਿਆ ਅਤੇ ਉੱਤੋਂ ਡੱਬਾ ਉਹਦੇ ਉੱਤੇ ਗਿਰ ਗਿਆ, ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ, ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਅਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ 'ਤੇ। ਅਤੇ ਚਲੋ ਅਸੀਂ ਉੱਥੇ ਕੁਛ ਆਸ ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਡੱਬਾ ਚੁੱਕਿਆ ਅਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਿਲ ਨਾਲ ਆਪਣੀ ਗੱਡੀ ਤੱਕ ਲੈ ਕੇ ਗਏ। ਅਤੇ ਪਰ ਮੌਕੇ 'ਤੇ ਇਲੈਕਟ੍ਰਿਕ ਬੋਲ ਦੇ ਵਿੱਚ ਕੋਈ ਵੀ ਉੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ, ਨਾ ਕੋਈ ਉੱਥੇ ਫਸਟ ਏਡ ਦੇਣ ਵਾਸਤੇ, ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ। ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਹੀ ਚੁੱਕ ਕੇ ਉਹਨੂੰ ਸੈਕਟਰ 32 ਦੇ ਹੋਸਪਿਟਲ ਵਿੱਚ ਲੈ ਗਏ। ਉੱਥੇ ਕੋਈ ਲਗਭਗ 10 ਕੁ ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ। ਉਸ ਤੋਂ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ, ਤਾਂ ਉਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਪ੍ਰਸ਼ਾਸਨ ਦੁਆਰਾ, ਪੁਲਿਸ ਦੁਆਰਾ ਜੋ ਐਲੈਂਟੇ ਮਾਲ ਕੇ ਮੈਨੇਜਮੈਂਟ ਔਰ ਡਰਾਈਵਰ ਪੇ ਮਾਮਲਾ ਦਰਜ ਕੀਆ ਗਿਆ ਹੈ, ਕਿਆ ਇਸ ਕਾਰਵਾਈ ਸੇ ਸੰਤੁਸ਼ਟ ਹੈ? ਹਾਂਜੀ, ਬਾਕੀ ਸਾਨੂੰ ਪਤਾ ਨਹੀਂ, ਅਸੀਂ ਅੱਜ ਸੰਸਕਾਰ ਕੀਤਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਅਤੇ ਬਾਕੀ ਦੇਖਾਂਗੇ। ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਆ, ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਹੈ, ਐਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸਦੀ ਵੀ ਗਲਤੀ ਹੈ ਬਹੁਤ ਵੱਡੀ, ਕਿ ਟ੍ਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੇਜਰਮੈਂਟ ਸੀਗਾ, ਕੋਈ ਉਹਦੇ ਵਿੱਚ ਕੁਛ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀਗੀਆਂ, ਨਾ ਕੋਈ ਸੀਟ ਬੈਲਟ ਸੀ, ਨਾ ਉੱਥੇ ਕੋਈ ਉਹਨਾਂ ਨੇ ਕੋਈ ਟਰਮਸ ਐਂਡ ਕੰਡੀਸ਼ਨਸ ਲਿਖ ਕੇ ਲਿਖਾਈਆਂ ਸੀ ਵੀ ਇਹਦੇ 'ਤੇ 1 ਸਾਲ ਦਾ ਬੱਚਾ ਬੈਠ ਸਕਦਾ, 1 ਸਾਲ ਦਾ ਨਹੀਂ ਬੈਠ ਸਕਦਾ, ਅਤੇ ਕੁਛ ਵੀ ਕੋਈ ਗਾਈਡ ਕਰਨ ਨੂੰ ਉੱਥੇ ਕੁਛ ਵੀ ਨਹੀਂ ਸੀਗਾ। ਬੱਚੇ ਦਾ ਕੀ ਨਾਮ ਹੈ? ਬੱਚੇ ਦਾ ਨਾਮ ਸਹਿਵਾਜ ਸਿੰਘ। ਕਿੰਨੇ ਸਾਲ ਦਾ ਪੜ੍ਹਦਾ ਸੀ? ਇਹ 5ਵੀਂ ਕਲਾਸ ਪੜ੍ਹਦਾ ਸੀ। ਕਿੰਨੇ ਸਾਲ ਦਾ ਸੀ? ਇਹ 10 ਸਾਲ ਦਾ। ਹਾਂਜੀ, ਉਸ ਟਾਈਮ ਹਮ ਬਾਹਰ ਸੈਡ ਪਰ ਬੈਠੇ ਹੋਏ ਤੇ ਮੇਰਾ ਬੇਟਾ ਜੋ ਕਿ 10 ਸਾਲ ਕਾ ਥਾ ਵੋ ਜੂਟੇ ਲੈਣੇ ਕੀ ਟ੍ਰੇਨ ਮੇਂ ਬੈਠਨੇ ਕੀ ਜਿੱਦ ਕਰਨੇ ਲਗਾ। ਹਮਨੇ ਪਹਿਲੇ ਤੋ 2 ਵਾਰੀ ਮਨਾ ਕੀਆ ਥਾ, ਫਿਰ ਜਿੱਦ ਕਰਨੇ ਲਗਾ, ਫਿਰ ਉਸਕੋ ਮਨਾਇਆ ਤੋ ਟ੍ਰੇਨ ਮੇਂ ਬਿਠਾ ਦੀਏ। तो जब ये घटना घटी तो उस समय क्या समय था और कैसी ये घटी? होने को 10 बजे का समय था। तो कैसे देखते हैं कि इसमें किसकी लापरवाही है? प्रशासन की लापरवाही, मैनेजमेंट की, कोई उत्थे प्रशासन वालों कोई कार्रवाई नहीं, उन्हां दे मॉल वालों कोई कार्रवाई नहीं हुई, कोई नहीं आया, ਐਂਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ, ਕੋਈ ਨਾ ਫਸਟ ਏਡ, ਕੋਈ ਉੱਥੇ ਪੱਟੀ ਵਗੈਰਾ ਕੁਛ ਨਹੀਂ ਸੀਗਾ। ਉੱਥੇ ਅਸੀਂ ਖੁਦ ਆਪਣੇ ਬੱਚੇ ਨੂੰ ਲੈ ਕੇ ਗਏ ਆਪਣੇ ਹੱਥਾਂ ਚੱਕ ਕੇ, ਜੋ ਉਹਦਾ ਡੱਬਾ ਉਹਦੇ ਸਿਰ 'ਤੇ ਲੱਗਿਆ ਆ ਉਹਨੂੰ ਵੀ ਅਸੀਂ ਖੁਦ ਉਠਾਇਆ ਹੈ ਉੱਥੇ। ਪ੍ਰਸ਼ਾਸਨ ਨੇ, ਪੁਲਿਸ ਨੇ ਜੋ ਮਾਮਲਾ ਦਰਜ ਕਰ ਦਿਆ ਹੈ ਮੈਨੇਜਮੈਂਟ ਪਰ, ਡਰਾਈਵਰ ਪਰ, ਇਸੇ ਆਪ ਸੰਤੁਸ਼ਟ ਹੈ? ਹਾਂਜੀ, ਹੋਰ ਕੜੀ ਕਾਰਵਾਈ ਹੋਣੀ ਚਾਹੀਏ, ਇਸੇ ਹਮ ਬਸ ਇਹੀ ਚਾਹੁੰਦੇ ਹਾਂ ਵੀ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਏ ਉਹਨਾਂ ਪਰ। ਬੱਚਾ ਕੌਣ ਸੀ ਕਲਾਸ ਪੇ ਪੜ੍ਹਦਾ? 5ਵੀਂ ਕਲਾਸ 'ਚ ਪੜ੍ਹਦਾ ਸੀ। ਤੋ ਆਪ ਕਬ ਗਏ ਥੇ ਯਹਾਂ ਸੇ ਆਪਣੇ ਰਿਸ਼ਤੇਦਾਰੋਂ ਕੇ?
ਅਸੀਂ ਇੱਥੋਂ ਸ਼ੁੱਕਰਵਾਰ ਗਏ ਸੀਗੇ। ਹਾਂਜੀ, ਅਤੇ ਸ਼ੁੱਕਰਵਾਰ ਗਏ ਸੀਗੇ ਤਾਂ ਅਸੀਂ 22 ਤਰੀਕ ਨੂੰ, ਅਤੇ ਉੱਥੇ ਅਸੀਂ ਮੈਂਟੇ ਜਿਹੜਾ ਮੌਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀਗੇ। ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪਕੀ? ਉਹਨਾਂ ਪਰ ਕਾਰਵਾਈ ਹੋਣੀ ਚਾਹੀਏ, ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਏ, ਬਸ ਇਹੀ ਮੰਗ ਆ ਸਾਨੂੰ।